2 ਦਿਨ ਪਹਿਲੇ ਕਰਨਵੀਰ ਨਾਦੇ ਯੁਵਕ ਦੀ ਮੌਤ ਮਾਮਲੇ 'ਚ ਹੁਣ ਪੁਲਿਸ ਨੇ ਇੱਕ ਜਿਹੜਾ ਅਕਿਊਜ਼ਡ ਹੈ ਉਹਨੂੰ ਕਾਬੂ ਕੀਤਾ ਹੈ ਹਾਲਾਂਕਿ ਪੁਲਿਸ ਹੁਣ ਇਸ ਪੂਰੇ ਮਾਮਲੇ 'ਚ ਲਿਆ ਕੇ ਹੁਣ ਇਨਵੈਸਟੀਗੇਸ਼ਨ ਕਰ ਰਹੀ ਹੈ ਲੇਕਿਨ ਹੁਣ ਤੱਕ ਦੀ ਜਿਹੜੀ ਇਨਵੈਸਟੀਗੇਸ਼ਨ ਸਾਹਮਣੇ ਆਈ ਹੈ ਕਿ ਇਹ ਪੂਰਾ ਮਾਮਲਾ ਕੀ ਸੀ ਹਾਲਾਂਕਿ ਇਹ ਦੋਸਤ ਸੀਗੇ ਆਪਸ 'ਚ ਦੋਸਤ ਸੀਗੇ ਔਰ ਦੋਸਤੀ ਦੇ ਵਿੱਚ ਹੀ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇੱਕ ਕੁੜੀ ਦਾ ਵੀ ਐਂਗਲ ਸਾਹਮਣੇ ਆ ਰਿਹਾ ਜਿਸ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਕਿਉਂਕਿ ਹੁਣ ਤੱਕ ਦੀ ਇਨਵੈਸਟੀਗੇਸ਼ਨ ਮੁਤਾਬਕ ਕੁੜੀ ਦੇ ਨਾਲ ਦੋਸਤੀ ਸੀਗੀ ਦੋਨਾਂ ਦੀ ਤੇ ਦੋਵੇਂ ਆਪਸ ਵਿੱਚ ਇਹ ਜਿਹਨੇ ਇੱਕ ਮਰਨ ਵਾਲਾ ਤੇ ਇੱਕ ਜਿਹੜਾ ਮਾਰਨ ਵਾਲਾ ਇਹ ਵੀ ਕਾਫੀ ਦਿਨਾਂ ਤੋਂ ਦੋਸਤ ਸੀਗੇ ਲੇਕਿਨ ਆਪਸ ਵਿੱਚ ਅਨਬੰਧ ਹੋਈ ਔਰ ਇਸਨੇ ਪ੍ਰਬਲ ਦੱਸਿਆ ਜਾ ਰਿਹਾ ਜਿਹਨੇ ਸਟਰੰਗੂਲੇਟ ਕਰਕੇ ਯਾਨੀ ਕਿ ਗਲਾ ਘੋਟਕੇ ਕਰਨਵੀਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇੰਨਾ ਹੀ ਨਹੀਂ ਇਹਨੂੰ ਹਸਪੀਟਲ ਵੀ ਲੈ ਕੇ ਗਿਆ ਸੁਹਾਨਾ ਹਸਪੀਟਲ ਲੈ ਕੇ ਗਿਆ ਜਦ ਇਹਨੂੰ ਪਤਾ ਲੱਗਿਆ ਕਿ ਉੱਥੇ ਉਹਦੀ ਡੈਥ ਹੋ ਚੁੱਕੀ ਹੈ ਤੇ ਉੱਥੋਂ ਫਰਾਰ ਹੋ ਗਿਆ ਹਾਲਾਂਕਿ ਪੁਲਿਸ ਹੁਣ ਇਨਵੈਸਟੀਗੇਸ਼ਨ ਕਰ ਰਹੀ ਹੈ ਕਈ ਚੀਜ਼ਾਂ ਨੂੰ ਲੈ ਕੇ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਰ ਹੁਣ ਤੱਕ ਦੇ ਇਨਵੈਸਟੀਗੇਸ਼ਨ ਚ ਕਿੰਨੇ ਇੱਕੀ આરોપી ਰੈਸਟ ਕੀਤਾ ਹੈ ਜੇ ਤੱਕ ਇੱਕੋ ਰੁਪਇਆ ਰੈਸਟ ਕੀਤਾ ਬਾਕੀ ਸਤ ਸਾਨੂੰ ਪਤਾ ਹੋ ਕਰਨ ਠੀਕ ਹੈ ਤੇ ਅਭੀ ਤੱਕ ਇਨਵੈਸਟੀਗੇਸ਼ਨ ਚ ਕੀ ਆਇਆ ਸਰ ਥੋੜਾ ਦੱਸੋਗੇ ਮੈਂ ਜੇਲ੍ਹ ਨਾਲ ਪਤਾ ਨਹੀਂਗਾ ਸਤ ਦੱਸਾਂਗੇ ਕੀ ਹੋਇਆ ਤੇ ਰਿਮਾਂਡ ਨੂੰ ਲੈ ਲਿਆ ਸਰ ਹਾਂ ਚੰਦਰਪੁਰ ਬਾੜਾ ਤਿੰਨ ਦਿਨਾਂ ਦੀ ਬਾੜਾ ਠੀਕ ਹੈ ਤੇ ਤਿੰਨ ਦਿਨ ਦਾ ਜਿਹੜਾ ਰਿਮਾਂਡ ਹੈ ਉਹ ਲਿਆ ਗਿਆ ਇੱਕ ਦੱਸਿਆ ਜਾ ਰਿਹਾ ਹੈ ਕਿ ਇਹੀ ਜਿਹੜਾ ਐਕਿਊਜ਼ਡ ਹੈ ਜਿਸਨੇ ਕਰਨਵੀਰ ਨੂੰ ਮੌਤ ਦੇ ਘਾਟ ਉਤਾਰਿਆ ਸੀਗਾ ਔਰ ਕੁੜੀ ਦਾ ਐਂਗਲ ਸਾਹਮਣੇ ਆ ਰਿਹਾ ਜਿਸ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਕਿਉਂਕਿ ਕਈ ਚੀਜ਼ਾਂ ਨੇ ਜਿਹਦੇ ਵਿੱਚ ਹੁੰਡ ਆਖਿਰ ਕਿਉਂ ਮਾਰਿਆ ਇੰਨੀ ਕੀ ਵੱਡੀ ਗੱਲ ਹੋ ਗਈ ਸੀ ਕਿ ਇਹਨੇ ਜਿਹੜਾ ਹੈਗਾ ਉਹਨੂੰ ਮੌਤ ਦੇ ਘਾਟ ਉਤਾਰਤਾ ਉਹਨੂੰ ਹਸਪੀਟਲ ਵੀ ਲੈ ਕੇ ਗਿਆ ਔਰ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ 'ਚ ਜੁੜ ਗਈ ਹੈ। ਬਹੁਲੀ ਤੋਂ ਕੈਮਰਾਮੈਨ ਰਜਿੰਦਰ ਕੁਮਾਰ ਨਾਲ ਮਨੋਜ ਰਾਠੀ ਦੀ ਜੇਟੀਨ